वाहे गुरु। सतनाम वाहे गुरु साहिब जियो। दखणे महला पंजवा। जिन्हा पिछे हों गई से मैं पिछे पीर व्यास। जिन्हा की मैं आसड़ी तिना महिंजी आस। जिन्हा पिछे हों गई से मैं पिछे पीर व्यास। जिन्हा की मैं आसड़ी तिना महिंजी आस। महला पंजवां। गिली गिली रोडड़ी आउंदी पव पव आए। जो बैठे से फाथिया उभरे आग मथाए। महला पंजवां। डिठा हब मजाए खाली कोई न जानी है। तैं सखी पाग मथाए जिन्हें मेरा सजन रावया। पौड़ी। आउं ढाडी दर गुण गावंदा जे हर प्रभ पावै। प्रभ मेरा थिर थावरी होर आवै जावै। सो मंगा दान गुसाइया जित भुख लह जावै। प्रभ जियो देवो दर्शन आपना जित ढाडी तृपतावै। अरदास सुनी दा तार प्रभ ढाडी को महल बुलावै। प्रभ देखदियां दुख भुख गई ढाडी को मंगण चित न आवै। सबे इच्छां पूरियां लग प्रभ कै पावै। हौ निर्गुण ढाडी बख्शियों प्रभ पुरख वेदावै। हौ निर्गुण ढाडी बख्शियों प्रभ पुरख वेदावै। वाहिगुरु जी का खालसा वाहिगुरु जी की फतेह। जुगो जुग अटल तन तन गुरु ग्रंथ साहिब जी गुरु महाराज जी की अपर अपार मेहरामत। प्रभात समय सत्संगत दा समां असीं माण पा रहे हैं। समा है गुरु शब्द व्याख्यान दा जिस विच लड़ीवार राग मारू की वार महला पंजवा वो विचारी जा रही है। बीते कल जो बचन आज आप जी ने सरवण किए ने तकरीर प्रारंभ की सी दो दो पंक्तियां दे तीन श्लोक ते नाल पौड़ी है। तिने श्लोक विचारण का यत्न होया। हुण पौड़ी जो इन सारे श्लोकों का लबो लबाब लैके आ रही है उहदे ते बात पावांगे। सिर्फ एक सरसरी नज़र जो विचारिया सी ताकि जो पौड़ी दे विच आ के सानू गुरु महाराज ने मोहरबद्ध करके संदेश देना है वो साडी सुरत पकड़ सके। पहला श्लोक सी जिन्ना पिछे हों गई से मैं पिछे पीर व्यास। ये जीवन आसा उम्मीदा नाल चलता आ। मैं फोकलोर च इस बाबत काफ़ी कुछ पढ़िया। पंजाबी फोकलोर की गल करदा जिदे अंदर साडियां आम कथनियां आम गल्लां आम अखाण आम बचन आ जांदे। तो क्या जांदा घरां दे विच बच्चे नहीं वड्डे हुंदे हिरसां वड्डियां हुंदियां। लोकी बच्चे नहीं पालदे उम्मीदां पालदे ने। लोकी
ਆਸਾਂ ਖਾਹਸ਼ਾਂ ਨੂੰ ਪਾਲਦੇ ਨੇ। ਇਹ ਜੀਵਨ ਦਾ ਬੜਾ ਸ਼ੋਖ ਅਤੇ ਗਹਿਰਾ ਰੰਗ ਹੈ। ਮੈਂ ਬੀਤੇ ਕੱਲ੍ਹ ਵੀ ਬਾਤ ਕੀਤੀ ਸੀ, ਹੋਪ ਹੀ ਚਲਾਉਂਦੀ ਹੈ, ਆਸ ਹੀ ਚਲਾਉਂਦੀ ਹੈ। ਪਰ ਉਸ ਆਸ ਨੂੰ ਗੁਰੂ ਬਾਬਾ ਜੀ ਨੇ ਬੜੇ ਸੁਰਤਿਆਬ ਢੰਗ ਦੇ ਨਾਲ, ਜਿਹਨੂੰ ਅਸੀਂ ਕਹਿ ਲਈਏ ਸੂਹਜ ਨਾਲ, ਪਰਣਾ ਕੇ ਵਿਜ਼ਡਮ ਨਾਲ, ਸਮਝ ਨਾਲ, ਉਹਦੇ ਨਾਲ ਤਰਾਸ਼ ਕੇ ਸਾਨੂੰ ਦਿੱਤਾ ਆ। ਅਕਸਰ ਗੱਲ ਹੁੰਦੀ ਕਿਸੇ ਤੋਂ ਆਸ ਨਾ ਰੱਖੋ, ਕਿਸੇ ਦੀ ਆਸ ਪੁੱਗਦੀ ਕਰੋਗੇ ਤੰਗ ਹੋਵੋਗੇ, ਇਸ ਕਰਕੇ ਆਪਣੇ ਆਪ ਨੂੰ ਬਿਲਕੁਲ ਆਈਸੋਲੇਟ ਕਰ ਲਓ। ਇਸ ਕਿਸਮ ਦੀਆਂ ਗੱਲਾਂ ਲੋਕ ਕਰਦੇ, ਬਾਣੀ ਨੇ ਐਸਾ ਸਮਾਜ ਸਿਰਜਣ ਦੀ ਗੱਲ ਨਾ ਕੀਤੀ। ਬਾਣੀ ਨੇ ਕਿਹਾ ਆਸਾਵਾਂ ਹੋਣਗੀਆਂ, ਆਸਾਵਾਂ ਪੁੱਗਦੀਆਂ ਵੀ ਹੋਣਗੀਆਂ, ਟੁੱਟਣਗੀਆਂ ਵੀ, ਪਰ ਸਭ ਦੇ ਚਿਤਨਾ ਤਵੱਕੋਂ ਕਰੀ। ਜਦੋਂ ਕਿਸੇ ਦੂਜੇ ਨੂੰ ਦੇਖਦਾ ਆ, ਉਹਦੇ ਪੈਰਾਂ 'ਚ ਆਪ ਖੜਾ ਹੋ ਕੇ ਦੇਖੀ, ਜਿਹਦੇ ਤੋਂ ਤੂੰ ਆਸ ਕਰ ਰਿਹਾ ਉਹ ਤੇਰੇ ਤੋਂ ਵੀ ਕੁਝ ਆਸ ਕਰ ਰਿਹਾ। ਬਸ ਇੱਥੋਂ ਬਾਤ ਸ਼ੁਰੂ ਹੁੰਦੀ ਹੈ। ਅੱਜ ਕੱਲ੍ਹ ਇਸ ਨੂੰ ਮਾਡਰਨ ਲੈਂਗੁਏਜ ਵਿੱਚ ਬੀ ਯੋਰ ਸੈਲਫ ਕਿਹਾ ਜਾਂਦਾ। ਕੋਈ ਮਤਲਬ ਦਿਓ ਅਤੇ ਦੈਵੀ ਗੁਣ ਨੇ, ਇਹ ਤਾਂ ਕਮਾਣੇ ਨੇ, ਪ੍ਰਣਾਣੇ ਨੇ, ਇਹ ਪੌੜੀ ਇੱਥੇ ਜਾ ਕੇ ਬਾਤ ਕਰੇਗੀ, ਪਰ ਸ਼ੁਰੂਆਤ ਇਨਸਾਨੀ ਜ਼ਹਿਨੀਅਤ ਨੂੰ ਸਮਝਣ ਤੋਂ ਹੋਏਗੀ। ਗੁਰੂ ਬਾਬਾ ਜੀ ਨੇ ਬਾਤ ਕੀਤੀ, ਜਿਹਨਾਂ ਪਿੱਛੇ ਹੋਂ ਗਈ, ਜਿਹਨਾਂ ਕੋਲੋਂ ਮੈਂ ਆਸ ਕਰਕੇ ਰੱਖ ਕੇ ਅੱਗੇ ਵਧਿਆ, ਸੇ ਮੈਂ ਪਿੱਛੇ ਪੀਰ ਵੀ ਆਸ, ਅਹਿਸਾਸ ਹੋਇਆ ਉਹ ਤਾਂ ਮੇਰੇ ਤੋਂ ਆਸ ਉਮੀਦ ਹੋ ਕੇ ਬੈਠੇ, ਜਿੰਨਾ ਕਿ ਮੈਂ ਆਸੜੀ ਤਿੰਨਾ ਮਹਿੰਜੀ ਆਸ, ਜਿਹਨਾਂ ਤੋਂ ਆਸ ਮੈਂ ਲਾਈ ਹੈ ਉਹ ਮੇਰੀ ਆਸੇ ਨੇ। ਕੈਸਾ ਸੰਸਾਰ ਆ, ਇਸ ਰੂਪ ਵਿੱਚ ਇਸ ਨੂੰ ਅਹਿਸਾਸ ਨਾ ਜਾਏ। ਅਗਲਾ ਬਚਨ ਕਿਹਾ, ਗਿੱਲੀ ਗਿੱਲੀ ਰੋਡੜੀ ਭੌਂਦੀ ਭੌਂ ਭੌਂ ਆਏ। ਜੀਵਨ ਵਿੱਚ ਜੀਣਾ, ਮਾਨਣਾ, ਰਹਿਣਾ, ਰਿਸ਼ਤੇ ਮਾਨਣੇ, ਨਿਹਾਰਨੇ, ਪਰ ਬੈਲੈਂਸਡ ਵੇ ਦੇ ਨਾਲ। ਬਹੁਤ ਜ਼ਿਆਦਾ ਇਮੋਸ਼ਨਲ ਇਨਵੈਸਟਮੈਂਟ ਕਰ ਦੇਣੀ। ਕੱਲ੍ਹ ਨਾਮ ਕਾਲ ਦਾ ਹੈ, ਵਾਹਿਗੁਰੂ ਕਰੇ ਤਰਸ ਕਰੇ ਕਦੀ ਐਡਾ ਇਮਤਿਹਾਨ ਨਾ ਲਏ। ਇਹ ਅਰਦਾਸ ਹੈ ਸਾਡੀ। ਮੈਂ ਬੀਤੇ ਕੋਈ ਗਾਲਬਨ 2-3 ਹਫ਼ਤਿਆਂ ਤੋਂ ਬੜੇ ਯੰਗ ਬੱਚਿਆਂ ਦੇ ਫਿਊਨਲ 'ਤੇ ਗਿਆ ਵਾਂ। ਮੋਸਟਲੀ ਸੱਜਣ ਪਿਆਰੇ ਮੈਨੂੰ ਜਾਣਦੇ ਚੰਗੀ ਤਰ੍ਹਾਂ, ਗੁਰਦੁਆਰਾ ਸਾਹਿਬ ਦੇ ਵਿੱਚ ਮੈਂ ਕਥਾ ਜ਼ਰੂਰ ਕਰਦਾ ਹਾਂ, ਫਿਊਨਲ ਹੋਮ ਦੇ ਵਿੱਚ ਬਹੁਤ ਰੇਅਰਲੀ ਜਾਂਦਾ ਮੈਂ। ਉਹਦਾ ਰੀਜ਼ਨ ਹੈ, ਮੈਂ ਬਹੁਤ ਇਮੋਸ਼ਨਲ ਬੰਦਾ ਹਾਂ ਅਤੇ ਬੜੀ ਭਾਵ ਵਹਿਤਾ 'ਚ ਵਹਿ ਤੁਰਦਾ ਹਾਂ। ਖੈਰ, ਯੰਗ ਬੱਚੇ ਅਤੇ ਉਹ ਮੁਸਲਸਲ ਹੀ ਜਾਣਾ ਪਿਆ ਮੈਨੂੰ, ਐਂਡ ਦੈਟ ਵਾਜ਼ ਹਾਰਟ ਬ੍ਰੇਕਿੰਗ। ਤੁਹਾਡਾ ਦਿਲ ਦੇ 'ਚ ਵੇਦਨ ਆਉਂਦੀ ਕੀ ਬਣੇਗਾ। ਜਿਹੜੀ ਬੇਨਤੀ ਕਰਨ ਲੱਗਾ ਸੀਗਾ, ਜਿਹੜਾ ਬਚਨ ਆਇਆ ਨਾ, ਗਿੱਲੀ ਗਿੱਲੀ ਰੋਡੜੀ ਭੌਂਦੀ ਭੌਂ ਭੌਂ ਆਏ, ਮੱਖੀ ਦੀ ਮਿਸਾਲ ਦਿੱਤੀ ਸੀ ਬੀਤੇ ਕੱਲ੍ਹ ਅਸੀਂ ਵੱਡੀ ਡਿਟੇਲ 'ਚ ਬਾਤ ਕੀਤੀ। ਗੁੜ ਦੀ ਰੋੜੀ ਹੈ, ਅਜੇ ਪੂਰੀ ਡਾਢੀ ਨਹੀਂ ਹੋਈ, ਗਿੱਲੀ ਗਿੱਲੀ ਹੈ, ਅਤੇ ਉਹਦੇ ਉੱਤੇ ਮੱਖੀ ਆ ਕੇ ਬੈਠਦੀ, ਉਹਨੂੰ ਖਾਣਾ ਗੁੜ ਉੱਤੇ 'ਚ ਮਿੱਠਾ ਲੈਣਾ ਬੜਾ ਸੌਖਾ ਸੁਖਾਲਾ ਹੈ, ਪਰ ਨਾਲ ਦੀ ਨਾਲ ਉਹਨੂੰ ਲਾਲਚ ਵੀ ਵੱਧਦਾ ਹੈ। ਉਹ ਕਹਿੰਦੀ ਹੋਰ ਲੈ ਲਾਂ, ਹੋਰ ਲੈ ਲਾਂ, ਅਲਟੀਮੇਟਲੀ ਹੁੰਦਾ ਕਿ ਉਹਦੇ ਵਿੱਚ ਹੀ ਫਸ ਜਾਂਦੀ। ਸੋ ਇਹ ਪੋਸੀਬਿਲਿਟੀ ਹੈ ਇਸ ਤਰੀਕੇ ਦੇ ਨਾਲ। ਸੰਸਾਰ ਆ ਮਿੱਠਾ ਲੱਗਦਾ, ਚੰਗਾ ਲੱਗਦਾ, ਇਹਦੇ 'ਚ ਅਸੀਂ ਸਾਰੇ ਆਪਣੇ ਇਮੋਸ਼ਨ ਸਭ ਕੁਝ ਇਨਵੈਸਟ ਕਰ ਦਿੰਦੇ ਹਾਂ, ਕਈ ਵਾਰੀ ਇਤਨੇ ਹੀ ਇਨਵੈਸਟ ਕਰ ਦਿੰਦੇ, ਫਸ ਜਾਂਦੇ ਹਾਂ ਵਿੱਚ। ਮੈਂ ਇਸ ਬਾਬਤ ਜੋ ਬਾਤ ਕਰਨ ਲੱਗਾ ਸੀਗਾ, ਮੌਲਾਨਾ ਰੂਮੀ ਦੀ ਮੈਂ ਗੱਲ ਪੜ੍ਹੀ, ਉਹ 'ਚ ਗੱਲ ਇਸ ਤਰ੍ਹਾਂ ਹੋਈ ਕਿ ਉਹਦਾ ਇੱਕ ਮਿੱਤਰ ਆ ਅਤੇ ਇੱਕ ਬੇਟਾ ਉਹਦੇ ਕੋਲ, ਉਮਰ ਦੇ ਪਛੇੜੇ ਹਿੱਸੇ ਦੇ ਵਿੱਚ, ਪਿਛਲੇ ਹਿੱਸੇ 'ਚ ਪ੍ਰਾਪਤ ਹੋਇਆ, ਬੜਾ ਸੁਨੇਹ ਆ ਉਹਦੇ ਨਾਲ, ਬੜਾ ਖਲੂਸ ਹੈ, ਬੜੀ ਮੁਹੱਬਤ ਹੈ। ਇਹ ਅਸੀਂ ਕਹਿਣ ਨੂੰ ਦਾਵਾ ਕਰਦੇ ਹਾਂ, ਬਾਬਾ ਜੀ ਨੇ ਬਾਣੀ 'ਚ ਕਿਹਾ ਨਾ ਕਿ ਬੰਦਾ ਹੀ ਸੋਚਦਾ ਆ, ਜਨਨੀ ਜਾਨਤ ਸੁੱਤ ਬੜਾ ਹੋਤ ਹੈ, ਇਤਨਾ ਕੁ ਨਾ ਜਾਨਤ ਦਿਨ ਦਿਨ ਔਦ ਘਟਤ ਹੈ। ਫਿਰ ਕਿਹਾ, ਮੋਰ ਮੋਰ ਕਰ ਅਧਿਕ ਲਾਡ ਧਰ, ਇਹ ਮੇਰਾ, ਇਹ ਮੇਰਾ, ਇਹ ਮੇਰਾ, ਜ਼ਿਆਦਾ ਲਾਡ ਲਾਉਂਦੇ, ਇਹ ਮੇਰਾ ਬੱਚਾ ਹੈ, ਮੇਰਾ ਪੁੱਤ ਆ, ਮੇਰੇ ਮੇਰਾ ਭਰਾ ਆ, ਮੇਰੀ ਭੈਣ ਆ, ਇਸ ਰੂਪ ਅਸੀਂ ਰਿਸ਼ਤੇ ਇਸ ਤਰ੍ਹਾਂ ਪੁਗਾਉਂਦੇ ਹਾਂ, ਇਸ ਤਰ੍ਹਾਂ ਦੱਸਦੇ ਹਾਂ। ਮੋਰ ਮੋਰ ਕਰ ਅਧਿਕ ਲਾਡ ਧਰ, ਕਹਿੰਦੇ ਪੇਖਤ ਹੀ ਜਮਰਾਓ ਹੱਸੈ, ਉਹਦੇ ਮੋਢਿਆਂ 'ਤੇ ਬੈਠਾ ਜਮ ਹੱਸਦਾ ਆ ਇਸ ਗੱਲ 'ਤੇ
कि तेरा ते है नहीं, है ते मेरा, मैं लै जाना है। आ मेरा शरीर, मेरा शरीर ना, ये ते काल जई है, काल दे बने चक्कर च आया। जिदनों चक्कर पूरा हो गया, ये जिथों आया उन्हें तत्ता जी आ जाना जाके, मैं जिन्नी मर्जी एफर्ट ला लवा, जिन्ना मर्जी प्रयासरत हो जावा, ये नहीं होएगा, ये नहीं टिकेगा। जिहड़ी दुनिया च अज असीं रह रहे हैं ना, इस बड़ा ज्ञान है, बड़ा विज्ञान है, बड़ा, पर दो चीज़ां ते बहुत जोर लग रहा है। एक तो कि फिजिकल फॉर्म नू बचा लईए, बड़ी एफर्ट लग रही है, डे एंड नाइट रिसर्च हो रही है ये कि यदि फिजिकल फॉर्म एज इट इज़ बरकरार रख लीए। हालांकि उन्होंने ही स्कॉलर ये कह रहे हैं इट्स इंपॉसिबल, ये हो ही नहीं सकता। बाबा जी की बाणी पढ़ीए, असं कहने चलो उम्र लंबिया हो जाए, होर बद जाए, होर बद जाए, चलो 100 साल, 150 साल, 200 साल भी कोई भोग लवे, इस तरीके ने गल की जाती। महाराज की बाणी बचन पढ़ीए, मार कंडे ते को अधिकाई, जिन त्रिंतल मूंड बुलाए। कहिंदे सब तो लमेरी उम्र अज तक इंडियन मिथियोलॉजी ते दसी गई मारकंडेश्वर ऋषि दी होई है, वो भी मर गया। आखिरकार उहदा भी जाना होया। बाबा फरीद जी दे बचन पढ़दे आ, जे 100 वरियां जीवना पीतन होसी खे। वैसे तो 2 नंबर च उम्र पुग जाती, 60 नहीं तो 70, 70 नहीं तो 75, 75 नहीं तो 80, 80 नहीं तो 85, 90, कितने 3 तिहाई विच आउंदी है, 1 नूं 2 मिंदियां लगदियां। पर बाबा फरीद कहिंदे लग भी जाण, तिहाई विच भी चला जा, जे 100 वरियां जीवना पीतन होसी खे। काल तो फिर जेतू है, अल्टीमेटली तो फिर लैके जाएगा, विदायगी तो होएगी। सो बाबा जी कहते मोर मोर कर, जिन्हों तू मेरा मेरा कहना, अधिक लाड धर पेखत ही जमराओ हसै, उहदे सिर ते जम हसदा है, किड्डा कमला है तू, तेरा ते है नहीं, है ते मेरा, मैं लैके जाना है इसनों। कह जिहड़ी बात करन लगा सीगा, रूमी लिखदा उहदा मित्र है, बेटा आ बड़ा लायक आ, प्यार बड़ा करदा उसनों, बड़ा स्नेह है। बनी कुदरत की खेड दे विच स्वासां दा समा पुग गया, बड़ी जवानी दी चढ़दी दहलीज ते किशोरावस्था दे विच मौत हो गई, बड़ा मातम होया। हालात बड़े गमगीन ने, डेफिनेटली गुजर गया। वाइफ माँ सी उस बच्चे दी, उहदी बंदोस्त, उहदे दोस्त दी वाइफ जिहड़ी है, उहनूं वी बड़ा गम आ। पर उस तो बड़ा काम ये कि चलो मैं तो फिर थोड़ा बहुत वो लड़ लेंदी सी, झगड़ लेंदी सी, कुछ गुस्सा गिला भी हो जाता सीगा। आते हर वक्त वो दिन हसदा सी, प्यार करता सी, खुद तो बिना एक पल भी रहिंदा नहीं सीगा। ओहो इहदा की बनेगा, इहदे कोल तो सब कुछ ही खुस गया, रो भी बड़ा रहा, कलप भी बड़ा रहा। खैर सब सोच रही है, जिवें सपोज करो एक दिन निकलिया, दूजा दिन निकलिया, रात सुते, अगले दिन चढ़िया, दिन चढ़िया तो सवेरे आम हालत जिवें आम उठी दें उठ्या, वाइफ नूं आवाज़ दे कहिंदा खाना लिया, खाना वगैरह खाधा, काम ते चला गया, बिल्कुल कोई जिवें खोया ही कुछ नहीं। उन्हें फिक्र पै गया, उन्हें लगा ओ हो, इन्हें चर्चा भी नहीं की, मैं सोचा भी शायद मैं ना करा, कादे लई रवाना आ, पर यह तो कहिंदा मैनू घट तो घट, बड़ा गम आ, बड़ा दुख आ, थोड़ा रोंदा, थोड़ा कलपदा, कुछ ना कुछ तो बात होंगी, ये तो इस तरह जिवें होया ही कुछ नहीं, बिल्कुल हसू हसू करता खाना खा के काम से तुर गया। लगता है जिहड़ा शौक लगा ना, इसनों झटका लगा, सदमा लगा, इतना गहरा सीगा, दिमाग चल गया, याददाश्त खराब हो गई, कुछ ना कुछ हो गया। उन्हें शे उसने रूमी नूं सुनेहा भेजिया, रूमी आया, उन्होंने सारी गल वार्ता दसी, कहिंदा अच्छा ऐदा, हाँ कहिंदे काम ते चला गया, कहिंदा सियाणा बड़ा सी, एवें हो नहीं सकता। खैर बात करदा जाके गया उहदे कोल, गलबात की, रूमी नूं अहसास होया बिल्कुल खुश है, आम हालतां वर्गे हालत आ, जो क्रैक कर रहा है, किसी नाल आए गया ना, गल्लां कर रहा, ठट्ठा सब चीज़ां हो रही। रूमी कहिंदा अज तरीक की है, हम करके डॉक्टर पूछते ना जो तो मैंटल हैल्थ के टैसट में, वट्स योर डे टूडे, डिड यू ईट यस्टरडे, कल की खाधा सीगा, अच्छा पिछले हफ्ते की होया सीगा, देखा याददाश्त कुछ कम कर दी थोड़ी बहुती,
ਉਹ ਦੋ ਚਾਰ ਗੱਲਾਂ ਪੁੱਛੀਆਂ, ਬਿਲਕੁਲ ਸਹੀ, ਉਹ ਕਹਿੰਦਾ ਬਿਲਕੁਲ ਠੀਕ ਹੈ, ਐਂਡ ਐਗਜੈਕਟਲੀ ਕਾਰਗਰ ਹੈ ਸਭ ਕੁਛ। ਫਿਰ ਉਹ ਰੂਮੀਓ ਨੂੰ ਕਹਿੰਦਾ ਆ, ਕਹਿੰਦਾ ਤੈਨੂੰ ਦੱਸਾਂ ਮੈਂ ਕਿਉਂ ਪੁੱਛ ਰਿਹਾ ਸਾਰਾ ਕੁਛ? ਕਹਿੰਦਾ ਨਹੀਂ, ਕਹਿੰਦਾ ਤੇਰੀ ਵਾਈਫ ਨੇ ਮੈਨੂੰ ਕਾਲ ਕੀਤੀ ਸੀਗੀ, ਉਹਨੇ ਮੈਨੂੰ ਬੁਲਾਇਆ ਸੀਗਾ, ਉਹਨੇ ਮੇਰੇ ਨਾਲ ਗੱਲ ਕੀਤੀ। ਉਹ ਬੜੀ ਫਿਕਰਮੰਦ ਆ, ਆਖਿਰਕਾਰ ਇਹ ਸਾਰਾ ਕੁਛ ਮਾਜਰਾ ਕੀ ਹੋਇਆ ਕੀ ਹੈ? ਉਹ ਕਹਿੰਦਾ ਹਾਂ ਚਲੋ ਚੰਗਾ ਕੀਤਾ ਤੂੰ ਪੁੱਛ ਲਿਆ, ਮੈਂ ਨਹੀਂ ਤਾਂ ਦੱਸਣਾ ਹੀ ਨਹੀਂ ਸੀ, ਮੈਨੂੰ ਪਤਾ ਹੀ, ਮੈਨੂੰ ਅਹਿਸਾਸ ਹੀ ਨਹੀਂ ਸੀ ਤੁਸੀਂ ਐਵੇਂ ਸੋਚ ਰਹੇ ਹੋ। ਕਹਿੰਦੇ ਹੋਇਆ ਕੀ? ਕਹਿੰਦੇ ਬੜਾ ਦੁਖੀ ਸੀਗਾ, ਕਹਿੰਦਾ ਬੀਤੇ ਕੱਲ੍ਹ ਤੱਕ ਬੜਾ ਦੁਖੀ ਸੀਗਾ, ਲੱਗਦਾ ਸੀ ਦੁਨੀਆ ਖਤਮ ਹੋ ਗਈ, ਸਭ ਕੁਝ ਮੁੱਕ ਗਿਆ, ਇੰਝ ਲੱਗਦਾ ਸੀ ਮਰੀ ਜਾਣਾ ਚਾਹੀਦਾ, ਇਹੋ ਜਿਹੇ ਜੀਵਨ ਦਾ ਕੀ ਕਰਨਾ, ਹੁਣ ਤਾਂ ਰਿਹਾ ਹੀ ਕੁਛ ਨਹੀਂ। ਕਹਿੰਦਾ ਤਾਂ ਹੀ ਤਾਂ ਰਾਤ ਪਿਆਂ ਸੁੱਤਾ ਆ ਅਤੇ ਸੋਚਦਾ ਆ, ਜਦੋਂ ਇਹ ਬੇਟਾ ਨਹੀਂ ਸੀ ਆਇਆ ਜੀਵਨ ਦੇ ਵਿੱਚ, ਜੀਵਨ ਤਾਂ ਉਦੋਂ ਵੀ ਸੀਗਾ, ਬੜਾ ਵਧੀਆ ਸੀ, ਹੱਸਦਾ ਸੀ, ਖੇਡਦਾ ਸੀ, ਖਾਂਦਾ ਸੀ, ਪੀਂਦਾ ਸੀ, ਆਇਆ ਫਿਰ ਬੜੀ ਖੁਸ਼ੀ ਆਈ, ਚਲਾ ਗਿਆ। ਕਿਉਂ ਨਾ ਇੱਕ ਕੰਮ ਕਰਦੇ ਹਾਂ, ਇਹਦਾ ਆਉਣਾ ਅਤੇ ਇਹਦਾ ਜਾਣਾ ਇੱਕ ਰਾਤ ਦੇ ਸੁਪਨੇ ਦੀ ਤਰ੍ਹਾਂ ਲੈ ਲੈਂਦੇ ਹਾਂ। ਰਾਤ ਸੁੱਤਾ ਸੀਗਾ, ਸੁਪਨਾ ਵੇਖਿਆ, ਸਵੇਰੇ ਉੱਠਿਆ, ਸੁਪਨਾ ਦੇਖਿਆ, ਉਹਦੇ ਬਾਬਤ ਥੋੜ੍ਹੀ ਬਹੁਤੀ ਗੱਲਬਾਤ ਹੋਈ, ਥੋੜ੍ਹਾ ਮਲਾਲ ਵੀ ਆਇਆ, ਸੁਪਨਾ ਬੜਾ ਪਿਆਰਾ ਸੀਗਾ, ਪਰ ਸੁਪਨਾ ਸੀਗਾ, ਛੱਡੋ ਪਰਾਂ, ਜੀਵਨ ਫਿਰ ਉਹੋ ਜਿਹਾ ਹੀ ਹੈ। ਕਹਿੰਦਾ ਰੂਮੀ ਜਦੋਂ ਹੁਣ ਤੂੰ ਮੈਨੂੰ ਮਿਲੇ, ਐਵੇਂ ਮਿਲੀ ਜਿਵੇਂ ਅੱਜ ਤੋਂ 18 ਸਾਲ ਪਹਿਲਾਂ ਮਿਲਦਾ ਸਾਂ ਆ ਕੇ, ਉਹ 18 ਸਾਲ ਵਿੱਚੋਂ ਖਤਮ ਹੋ ਗਏ। ਰਿਐਲਿਟੀ 'ਚ ਦੇਖਿਆ ਜਾਏ ਨਾ, ਤੁਸੀਂ ਬਚਨ ਪੜ੍ਹਦੇ ਨੇ, ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਸੇਰਾ। ਪਰਿੰਦਾ ਬਿਰਖ 'ਤੇ ਆ ਕੇ ਬੈਠਾ, ਉਹ ਕਲੇਮ ਕਰੇ ਮੇਰੀ ਟਾਹਣੀ, ਉਹ ਕਲੇਮ ਕਰੇ ਮੇਰਾ ਬਿਰਖ, ਉਹ ਕਲੇਮ ਕਰੇ ਮੇਰੀ ਜਗ੍ਹਾ। ਬਾਬਾ ਜੀ ਕਹਿੰਦੇ ਕਿਹੜੀਆਂ ਗੱਲਾਂ ਨੇ? ਹਾਂ, ਇਹ ਸੰਸਾਰ ਨੂੰ ਐਵੇਂ ਚੱਲਦਿਆਂ ਚੱਲਦਿਆਂ ਨਿਹਾਰਨਾ, ਚੱਲਦਿਆਂ ਚੱਲਦਿਆਂ ਵੇਖਣਾ, ਆਉਣਾ ਜਾਣਾ ਇਹ ਖੇਡ ਦੇ ਰੂਪ ਵਿੱਚ ਦੇਖਣਾ, ਇਹ ਹੈ ਉਹਦੇ ਨਾਲ ਸਹੀ ਰੂਪ 'ਚ ਰਿਲੇਸ਼ਨਸ਼ਿਪ ਬਿਲਟ ਕਰਨੀ। ਅਦਰਵਾਈਜ਼ ਇਹ ਜਿਹੜੀ ਮੋਹ ਮਾਇਆ ਹੈ, ਇਹ ਜਿਵੇਂ ਉਹ ਗੁੜ ਦੀ ਗਿੱਲੀ ਰੋੜੀ ਹੈ, ਮਾੜਾ ਜਿਹਾ ਵੀ ਜ਼ਿਆਦਾ ਸੀ, ਮਾੜਾ ਜਿਹਾ ਵੀ ਜਿਹੜਾ ਹੈਗਾ ਜ਼ਿਆਦਾ ਧਿਆਨ ਦਿੱਤਾ ਨਾ ਇਸ ਪਾਸੇ, ਇਹਨੇ ਵਿੱਚ ਹੀ ਲੈ ਲੈਣਾ, ਇਹਨੇ ਨਾਲ ਹੀ ਪਕੜ ਕਰ ਲੈਣੀ ਇਸ ਰੂਪ ਦੇ 'ਚ। ਇਸ ਕਰਕੇ ਸਾਹਿਬ ਨੇ ਕਿਹਾ ਗਿੱਲੀ ਗਿੱਲੀ ਰੋਡੜੀ ਭੌਂਦੀ ਭੌਂ ਭੌਂ ਆਏ, ਜੋ ਬੈਠੇ ਸੇ ਫਾਥਿਆ ਉਭਰੇ ਭਾਗ ਮਥਾਏ, ਜਿਹੜੇ ਇਹਦੇ 'ਚ ਬੈਠਣ ਦਾ ਯਤਨ ਕਰਦੇ ਫੱਥ ਗਏ, ਵਿੱਚ ਹੀ ਉਹਦੇ ਚੜਾ ਕੇ ਕਾਬੂ ਆ ਗਏ। ਉਭਰੇ ਜਿਨ੍ਹਾਂ ਨੂੰ ਤਰਸ ਕੀਤਾ ਮਾਲਕ ਨੇ, ਸੋਝੀ ਦਿੱਤੀ, ਉਹਨਾਂ ਦੇ ਭਾਗ ਜਾਗ ਗਏ, ਮਥਾਏ ਮਥੋਰ ਹੋ ਗਏ, ਉਹ ਉਭਰ ਗਏ ਉਹਦੇ ਤੋਂ। ਡਿੱਠਾ ਹੱਬ ਮਜਾਹੇ ਖਾਲੀ ਕੋਈ ਨਾ ਜਾਣੀ ਹੈ, ਜਦੋਂ ਪਤਾ ਹੀ ਏ ਮਿਲ ਕੇ ਵਿਛੜਨਾ ਆ, ਜੰਮ ਕੇ ਮਰਨਾ ਆ, ਹੱਸ ਕੇ ਰੋਣਾ ਆ, ਬਣਾ ਕੇ ਢਹਿ ਜਾਣਾ ਆ, ਫਿਰ ਕਾਹਦੇ ਲਈ ਬਣਾਉਣਾ ਹੀ ਕਾਹਦੇ ਲਈ ਹੈ, ਹੱਸਣਾ ਹੀ ਕਾਹਦੇ ਲਈ ਹੈ, ਫਿਰ ਪੈਦਾਇਸ਼ ਹੀ ਕਾਹਦੇ ਲਈ ਹੈ, ਫਿਰ ਮਿਲਾਪ ਹੀ ਕਾਹਦੇ ਲਈ ਹੈ? ਹਾਂ, ਇਹੀ ਕੁਦਰਤ ਦੀ ਖੇਡ ਹੈ, ਇਹ ਇਸੇ ਤਰ੍ਹਾਂ ਸੰਸਾਰ ਚੱਲਦਾ ਹੈ। ਰੱਬ ਦੀ ਜੋਤ ਆਪਣਾ ਰੂਪ ਵਟਾਉਂਦੀ ਹੈ, ਵੱਖਰੀ ਵੱਖਰੀ ਸ਼ਕਲਾਂ ਸੂਰਤਾਂ 'ਚ ਧਾਰਦੀ ਹੈ, ਫਿਰ ਉਹਨਾਂ ਨੂੰ ਢਾ ਕੇ ਨਵਾਂ ਰੂਪ ਉਸਾਰ ਦਿੰਦੀ ਹੈ। ਸਾਹਿਬ ਨੇ ਉਹਦੀ ਬਾਤ ਕੀਤੀ, ਡਿੱਠਾ ਹੱਬ ਮਜਾਹੇ, ਸਭ ਮੈਂ ਮੰਜ਼ਰ ਦੇਖਿਆ ਉਸ ਰੂਪ ਦੇ ਵਿੱਚ, ਖਾਲੀ ਕੋਈ ਨਾ ਜਾਣੀ ਹੈ, ਉਸ ਵਾਹਿਗੁਰੂ ਦੀ ਜੋਤ ਤੋਂ ਬਿਨਾਂ ਕੁਝ ਵੀ ਖਾਲੀ ਨਹੀਂ। ਤੈਂ ਸਖੀ ਭਾਗ ਮਥਾਹੇ, ਜਿੰਨੀ ਮੇਰਾ ਸੱਜਣ ਰਾਵਿਆ। ਹੇ ਸਖੀ, ਤੂੰ ਕਿੱਡੇ ਭਾਗਾਂ ਵਾਲੀ ਹੈ, ਜਿਹਨੇ ਸੱਜਣ ਨੂੰ ਰਾਵ ਲਿਆ, ਰੂਪ ਵਿੱਚ ਬੈਠੇ ਅਰੂਪ ਨੂੰ ਤੱਕ ਲਿਆ, ਸੰਸਾਰ ਵਿੱਚ ਬੈਠੇ ਨਿਰੰਕਾਰ ਨੂੰ ਤੱਕ ਲਿਆ, ਇਸ ਸੰਸਾਰੀ ਜ਼ਾਤ ਨੂੰ ਜੋਤ ਜਾਣ ਕੇ ਸਮਝ ਲਿਆ, ਇਹ ਮਥਾਏ ਹੈ, ਇਹ ਗਿਆਨ ਹੈ ਸਾਰਾ ਜੀ, ਇਹ ਰੌਸ਼ਨੀ ਹੈ, ਪ੍ਰਕਾਸ਼ ਹੈ, ਇਨਲਾਈਟਮੈਂਟ ਨੂੰ ਕਹਿੰਦੇ ਹਾਂ ਅਸੀਂ। ਅੱਛਾ, ਹੁਣ ਜਿੱਥੇ ਬਾਤ ਮੁੱਕਣੀ ਆ ਕੇ, ਇਹ ਆਵੇ ਕਿਵੇਂ? ਹਾਓ ਕੈਨ ਵੀ ਗੈਟ, ਹਾਓ ਕੈਨ ਵੀ ਅਟੇਨ, ਅਸੀਂ ਇਹਨੂੰ ਕਿਵੇਂ ਅਟੇਨ ਕਰ, ਕਿਵੇਂ ਅਸੀਂ ਪ੍ਰਾਪਤ ਕਰ ਸਕਦੇ ਹਾਂ ਇਸ ਗਿਆਨ ਨੂੰ? ਇਹਦੀ ਬਾਤ ਪੌੜੀ 'ਚ ਪਈ ਬਾਬਾ ਜੀ। ਹੁਣ ਬਾਤ ਸ਼ੁਰੂ ਹੋ ਰਹੀ ਹੈ, ਹੌਣ ਢਾਡੀ ਦਰਗੁਣ ਗਾਵੰਦਾ ਜੇ ਹਰ ਪ੍ਰਭ ਭਾਵ ਹੈ। ਢਾਡੀ ਬੜਾ ਪਿਆਰਾ ਲਫ਼ਜ਼ ਆ, ਗੁਰਬਾਣੀ ਦੇ ਵਿੱਚ ਤੁਸੀਂ ਇਹਦਾ ਜ਼ਿਕਰ ਕਈ ਹੋਈ ਵਾਰ ਪੜ੍ਹਦੇ ਹੋ। ਸਾਡੀ ਵਿਰਾਸਤ ਦੇ ਵਿੱਚ ਢਾਡੀ ਰੰਗ ਬੜਾ ਗੂੜਾ ਰੰਗ ਆ, ਆਪਾਂ ਦੇਖਦੇ ਹਾਂ ਜਦੋਂ ਇਹਦੇ ਸ਼ਬਦ ਕੋਸ਼ ਵਿੱਚੋਂ ਟ੍ਰਾਂਸਲੇਸ਼ਨ ਵਗੈਰਾ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਦੱਸਿਆ ਜਾਂਦਾ ਹੈ ਕਿ ਟ੍ਰੈਡੀਸ਼ਨਲ ਵੇ ਦੇ ਨਾਲ ਜਦੋਂ ਲੋਕ ਕਿਸੇ ਦੇ ਦਰ 'ਤੇ ਜਾ ਕੇ ਗਾ ਕੇ ਮੰਗਦੇ ਸੀਗੇ, ਤਾਂ ਕਹਿੰਦੇ ਨੇ ਸਾਜ 'ਤੇ ਬੜੀ ਬਾਅਦ ਦੀ ਬਾਤ ਆ, ਪਹਿਲਾਂ ਢਿੱਡੀ ਵਜਾਉਂਦੇ ਸੀ ਬੰਦੇ ਦਾ। ਅਕਸਰ ਇਹ ਗੱਲ ਕੀਤੀ ਜਾਂਦੀ ਹੈ, ਰੋਣ ਤੋਂ ਬਿਨਾਂ ਤਾਂ ਮਾਂ ਵੀ ਦੁੱਧ ਨਹੀਂ ਪਿਆਉਂਦੀ, ਇੱਕ ਸਿਆਮ ਅਖਾਣ ਹੈ ਸਾਡਾ ਇਸ ਰੂਪ ਦੇ ਵਿੱਚ, ਮਤਲਬ ਆਵਾਜ਼ ਦੇਣੀ, ਰੁਦਨ ਕਰਨਾ, ਪੁਕਾਰ ਕਰਨੀ, ਕਹਿਣਾ, ਤਾਂ ਹੀ ਕੋਈ ਗੱਲ ਸੁਣੇਗਾ।
इस रूप दे विच कहिंदे रब जी वाहिगुरु असी बचन पढ़ते हैं केसो केसो कूकिया मत ना सोईए आसार चेते रखिया जे उहदे दर ते खड़े होके आवाजा दे कूको उसनू हो सकता है रात दिवस के कूक ने कभों के सुने पुकार रात दिन का तुहाडा कूकना किते उहदे कन्नां च पै जाए तो सुनी लवे किते बाबा जी बयान करदे हाँ मैं कूकांगा बोलांगा अर्ज गुजारांगा पर कंडीशन ये है भी मैं मेरी अर्ज खाली ना जावे मैं खाली अर्ज नहीं करनी चाहता जिसो तिलंग राग शुरू होंदा यक अर्ज गुफ्तम पेश तो दरगोश कुन करतार हे करतार तेरे कुन तेरे ताई मेरी रसाई है पर चेते रखी मैं एवें नहीं बोलना जिन्नी देर तक तू कन नहीं धरदा दरगोश तेरे अगे अरदास तां होएगी जे गोश गोश कन नूं कहिंदे ने जे तू गोश कन अगे करेगा किते क्या पुकार सुने ना सुने उहदे ते है किते क्या हां तां पुकारा जे तू कन दे ते पर मौलिक गल इह है कहिंदे ने आवाज़ देनी पैंदी है गल कहनी पैंदी है अज दी दुनिया च इह गल सानूं काउंसलिंग दे विच खास करके वैलनैस जिहड़ी ह्यूमन बीइंग वास्ते उहदे ते अज जिस किस्म दा साडा लिटरेचर ते सारी ट्रेनिंग चल रही है उह च कहा जांदा है कि बोलना चाहीदा है लोड़ होए ते लोड़ नूं एड्रैस करना चाहीदा है दसना चाहिए आस की गल हो रही सी ना आप बचन पढ़ रहे आसा करे हो राम की राम की आस करो उदे कोल आस जाके पर उदे कोल आस किवें लैके जावांगे बाबा जी कहिंदे ढाडी बन के ढाडी मंगते नूं भी कहा जांदा सीगा गदाधर नूं फिर ढाडी गाउण वाले नूं भी कहा जांदा जदों गुरु बाबा जी दे बचन पढ़दे ना असीं अखीरला हिस्सा ते भटां दे सवैये पाट असल दे च गवैये ने ये सारे कवि ने इसे करके उनकी रचना जिहड़ी आ बड़ी मतलब कह लो कि छंदबंदी दे विच आ बड़ी पैण मतलब ये मन्या जांदा कि वैसे जिन्हों गुरमुखी अक्षर सही तरीके नाल पढ़ने आ जाण तो गुरबाणी थोड़ी जी प्रेरणा दे नाल या थोड़ी जी कह लो कि गाइडेंस नाल पढ़ सकता आ पर कहिंदे कुछ बचन ऐसे ने जिहड़े संथिया तो बिना नहीं पढ़े जा सकते जिवें भगत रचना है सलोक सहस्कृति है फिर कहा जाता भट्टां दे सवैये इन्हां दे विच सानू जरूर संथिया चाहीदी है साडे सामने गाइडेंस प्रॉपरली बैक एंड फोर्थ पंक्ति बा पंक्ति को दोहरा के दसे तां बात बनती अदरवाइज असीं उहदी पकड़ नहीं कर सकते इस तरीके नाल जो उन्हां नूं बचन पढ़ीए लिटरली तौर पर कब कल सुजस गावो गुरु नानक कल भट्ट जी कब कल कब का मतलब कवि अपने आप नूं कवि दे रूप विच बयान कर दे ते कल्ले भट्ट ही क्यों नानक सायर एम कहत है गुरु नानक महाराज अपने आप कहते मैं शायर हाँ मैं तेरा शायर हाँ तेरा कवि हाँ छोटा जहा अदना हाँ ईवन जे ढाडी की बात भी करिए बचन पढ़ते हैं हों ढाडी का नीच जात होर उत्तम जात सदाएं दे मैं तेरे दर का एक नीवी जी जात का ढाडी हाँ मंगता हाँ गवैया हाँ इस रूप में बयान किया गया क्या रब नूं गा ढाडी बन के गा ईवन सारी बाणी दे विच वह सानू रब्बी दर दे गवैये बनन दी प्रेरणा ही है जे होर ध्यान नाल देखिए ते जपजी साहब चाह जी बिल्कुल शुरुआत दे विच गावै को तान होवै किसै तान गा उहनू क्या गावी है सुनीए मन रखी है पाओ गा उसनू दुख पर हर सुख कर लै जाए तां बात बनेगी गा उहनू आवाज़ दे सरूप दे विच पर इह वी कहा गायण दा जिहड़ा परपज आ वो गाउण वाले ने किनूं गाउणा किहदे ते गाउणा किस तरीके नाल गाउणा ये भी बाबा जी ने बयान किया थोड़े गहरे बचन ने एक दो कह के फिर इन्हां बचनों की बात करता क्योंकि महाराज ने कहा हौं ढाडी दर गुण गावांदा मैं रब्बी दर ते खड़ के गुण गावांगा मैं उहदा ढाडी अखवावांगा इस तरीके की बात की असी आसा की वार च पढ़ते हाँ लब पाप दुए राजा महता कूड़ होवा सिकदार काम नेब सद पुछिए बह बह करें विचार अंधी रजियत ज्ञान भी होनी पाए परे मुरदार ज्ञानी नचे वाजें वावें रूप करें सिंगार उच्चे कुकें वादा गावें जोधा का विचार गुरु बाबा जी ने सोसाइटी नूं पोर्ट्रेट किया पिक्चराइज किया ते पॉसिबिलिटी है इसनूं इस तरीके नाल भी जान लईए कदी भी बड़ा आदर्शक समाज नहीं हुंदा बड़ी आइडियल सोसाइटी नहीं हुंदी जिवें मौसम हुंदे ना गर्मियों च कितने टैंपरेचर डाउन भी आ जाता है सर्दियों च कितने टैंपरेचर अप भी चला जाता है इस तरह ही होता है
ਇਹ ਆਈਡੀਅਲ ਮਨੁੱਖ ਨੂੰ ਚਲਾਉਂਦੇ ਨੇ, ਪਰ ਸੰਸਾਰ ਦੇ ਵਿੱਚ ਗਾਹੇ ਬਗਾਹੇ ਇਹ ਚੀਜ਼ਾਂ ਸਾਨੂੰ ਲੱਭਦੀਆਂ ਨੇ। ਪਰ ਹਾਂ, ਜਦੋਂ ਸੁਸਾਇਟੀ ਦੇ ਵੱਡੇ ਪੱਧਰ ਦੇ ਵਿੱਚ ਕਹਿੰਦੇ ਨੇ ਕਿ ਆਦਰਸ਼ਾਂ ਦੀ, ਜਿਹੜੇ ਆਈਡੀਅਲਸ ਨੇ ਇਹਨਾਂ ਦੀ ਗੱਲ ਮੁੱਕ ਜਾਏ, ਸੁਸਾਇਟੀ ਗਰਕ ਹੋਣ ਵਾਲੇ ਪਾਸੇ ਵੱਧਦੀ ਹੈ। ਇਹੀ ਗੁਰੂ ਬਾਬਾ ਜੀ ਨੇ ਸਭ ਤੋਂ ਵੱਡਾ ਡਰ ਸਾਡੇ ਸਾਹਮਣੇ ਬਿਆਨ ਕੀਤਾ। ਅਤੇ ਉਹਦੇ ਗੁਰੂ ਸਾਹਿਬ ਨੇ ਬਹੁਤ ਸਾਰੇ ਰੀਜ਼ਨ ਦਿੱਤੇ, ਜਿਵੇਂ ਲੱਭ ਪਾਪ ਦੋਏ ਰਾਜਾ ਮਹਿਤਾ, ਮਤਲਬ ਇਹੋ ਜਿਹੀਆਂ ਬਿਰਤੀਆਂ ਰਾਜ ਕਰਨ ਲੱਗ ਜਾਣ, ਲੱਭ ਅਤੇ ਪਾਪ ਵਰਗੀਆਂ, ਕੌਣ ਬਚਾਏਗਾ? ਕਹਿੰਦੇ ਨੇ ਗਿਆਨੀ ਬਚਾਉਣਗੇ, ਸਮਝ ਵਾਲੇ, ਸੋਝੀ ਵਾਲੇ। ਬਾਬਾ ਜੀ ਕਹਿੰਦੇ ਗਿਆਨੀ ਨੱਚੇ ਵਾਜੇ ਵਾਵੇਂ ਰੂਪ ਕਰੇ ਸਿੰਗਾਰ। ਗਿਆਨੀ ਗਲੈਮਰ ਕਰਨ ਲੱਗ ਜਾਣਾ, ਰੂਪ ਕਰੇ ਸ਼ਿੰਗਾਰ, ਮਤਲਬ ਇੱਕ ਜਿਹੜੀ ਸਾਡੀ ਪ੍ਰੈਜੈਂਟੇਸ਼ਨ ਆ ਨਾ, ਜਿਹੜੇ ਜਦੋਂ ਅਸੀਂ ਸਪੋਜ਼ ਕਰੋ ਘਰ ਦੇ ਵਿੱਚ ਪਿਤਾ ਆ, ਪਿਤਾ ਇਕੱਲਾ ਵਰਡ ਨਹੀਂ ਹੈਗਾ, ਇੱਕ ਸ਼ਬਦ ਨਹੀਂ ਹੈ, ਪਿਤਾ ਦੀ ਇੱਕ ਹੋਂਦ ਆ ਪੂਰੀ। ਉਹਦੀ ਹੋਂਦ ਘਰ ਦੇ ਵਿੱਚ ਰਹਿਣ, ਤੁਰਨ, ਖਾਣ, ਪੀਣ, ਬੋਲਣ, ਨਿਹਾਰਨ ਸਭ ਚੀਜ਼ਾਂ ਦੇ ਵਿੱਚ ਹੋਣੀ ਚਾਹੀਦੀ ਹੈ। ਜੇ ਉੱਥੇ ਖਤਮ ਹੋ ਗਈ, ਪਿਤਾ ਦੀ ਹਸਤੀ ਨਤਾਰਤ ਹੋ ਜਾਏਗੀ। ਮਾਂ ਸਿਰਫ ਇੱਕ ਸ਼ਬਦ ਨਹੀਂ ਗਾ, ਇੱਕ ਪੂਰਾ ਉਹਦਾ ਪੂਰੀ ਦੀ ਪੂਰੀ ਆਭਾ ਆ। ਦਾਦਾ, ਦਾਦੀ, ਨਾਨਾ, ਨਾਨੀ ਇੱਕ ਸ਼ਬਦ ਨਹੀਂ ਗਾ, ਇੱਕ ਪੂਰੇ ਦੀ ਪੂਰੀ ਪਰਸਨੈਲਿਟੀ ਉਹਦੇ ਨਾਲ। ਅਕਸਰ ਹੁੰਦਾ ਕਿ ਜੋ ਪਰਸਨੈਲਿਟੀ ਹੈ, ਹੁਣ ਪਿਤਾ ਸਿਰਫ ਇਹ ਹੋਏ ਕਿ ਮੈਚਿਓਰ ਹੋਣ ਦਾ ਨਾਟਕ ਕਰੇ, ਮੈਚਿਓਰ ਹੋਏ ਨਾ। ਮਾਂ ਸਿੰਸੀਅਰ ਹੋਣ ਦਾ ਨਾਟਕ ਕਰੇ, ਸਿੰਸੀਅਰ ਹੋਏ ਨਾ, ਹੋਏਗਾ ਕੀ? ਗਿਆਨੀ ਸਮਾਜ ਨੂੰ ਸੇਧ ਦਿੰਦਾ, ਪਰ ਗਿਆਨੀ ਗਿਆਨੀ ਹੋਣ ਦਾ ਨਾਟਕ ਕਰੇ, ਗਿਆਨੀ ਹੋਏ ਨਾ, ਕੀ ਬਣੇਗਾ? ਗੁਰੂ ਬਾਬਾ ਜੀ ਨੇ ਦੇਖੋ ਕਿੱਡੀ ਕਿੱਡੀ ਗਹਿਰੀ ਗੱਲ ਕਹੀ, ਕਿਹਾ ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸਿੰਗਾਰ। ਇਹ ਕੀ ਕਰ ਰਹੇ ਨੇ? ਉੱਚੇ ਕੂਕਾਂ ਵਾਦਾਂ ਗਾਵੇ, ਉੱਚੇ ਕੂਕਾਂ। ਸਾਡੀ ਪੰਜਾਬ ਦੀ ਇੱਕ ਫੋਕ ਦੀ ਬੜੀ ਵੱਡੀਆਂ ਟਰਡੀਸ਼ਨ, ਬੜੀ ਵੱਡੀ ਟਰਡੀਸ਼ਨ ਆ, ਬੜੀਆਂ ਵਰਾਇਟੀਜ਼ ਨੇ ਉਹਦੇ ਵਿੱਚ। ਈਵਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਵੀ ਪੜ੍ਹੀਏ ਤੇ ਇਹਦੇ ਵਿੱਚ 22 ਤੇ 12 ਦਰਜ ਨੇ, ਰਚਨਾ ਦੇ ਰੂਪ ਦੇ ਵਿੱਚ 22 ਵਾਰਾਂ ਤੇ 9 ਧੁਨੀਆਂ ਦਰਜ ਨੇ, ਜਿਹੜੀਆਂ ਪੰਜਾਬ ਦੀਆਂ ਟਰੈਡੀਸ਼ਨਸ ਵਿੱਚੋਂ ਨਿਕਲੀਆਂ ਨੇ, ਜਿਨ੍ਹਾਂ ਦੇ ਵਿੱਚ ਉਸ ਕਿਸਮ ਦੇ ਕਹਿ ਲਓ ਕਿ ਸੂਰਮਿਆਂ ਦੀ ਗੱਲ ਕੀਤੀ ਗਈ, ਟੁੰਡੇ ਅਸਰਾਜੇ ਕੀ ਧੁਨ ਗਾਵਣੀ, ਚੰਦਰਹੜਾਂ ਸੋਹੀਆਂ ਕੀ ਧੁਨ ਗਾਵਣੀ, ਮੂਸੇ ਕੀ ਧੁਨ। ਹੁਣ ਇਹ ਸਾਰੇ ਦਾ ਸਾਰਾ ਮਤਲਬ ਗੁਰੂ ਬਾਬਾ ਜੀ ਨੇ ਬਿਆਨ ਕੀਤਾ ਇਹਦੇ ਵਿੱਚ। ਯੋਧਿਆਂ ਦੀਆਂ ਵਾਰਾਂ ਗਾਈਆਂ ਜਾਂਦੀਆਂ, ਪਰ ਉਸ ਗਾਉਣ ਦਾ ਪਰਪਜ਼ ਕੀ ਹੈ, ਦੱਸਣ ਦਾ ਉੱਥੇ ਮਾਇਨਾ ਕੀ ਹੈ? ਮਾਇਨਾ ਇਹ ਹੈ, ਉਸ ਬਿਰਤੀ ਨੂੰ ਅਖਤਿਆਰ ਕਰਨਾ ਆ, ਉਸ ਬਿਰਤੀ ਨੂੰ ਪ੍ਰਮੋਟ ਕਰਨਾ, ਉਹਨੂੰ ਲੈ ਕੇ ਆਉਣਾ ਆ ਬਾਹਰ। ਅਤੇ ਜੇ ਉਹ ਚੀਜ਼ ਆ ਹੀ ਨਹੀਂ ਰਹੀ, ਬਾਬਾ ਜੀ ਕਹਿੰਦੇ ਉੱਚੇ ਕੂਕਾਂ ਵਾਦਾਂ ਗਾਵੇ, ਫਿਰ ਉੱਚੀ ਉੱਚੀ ਕੂਕ ਹੀ ਰਹੇ ਨੇ, ਉਹਦਾ ਕੋਈ ਅਸਰ ਅਸਰਾਰ ਨਹੀਂ ਹੈ। ਇਸ ਕਰਕੇ ਕਿਹਾ ਢਾਡੀ ਬਣ, ਪਰ ਢਾਡੀ ਬਣ ਸਹੀ ਰੂਪ ਦੇ ਵਿੱਚ। ਜਿਵੇਂ ਇੱਕ ਛੋਟੀ ਜਿਹੀ ਮਿਸਾਲ ਦੇ ਕੇ ਬਚਨ ਦੀ ਬਾਤ ਕਰਾਂ, ਗੁਰੂ ਨਾਨਕ ਮਹਾਰਾਜ ਜੀ ਦੇ ਨਾਲ ਉਹਨਾਂ ਦੇ ਸੰਗੀ ਸਾਥੀ ਭਾਈ ਮਰਦਾਨਾ ਜੀ, ਅਸੀਂ ਜਨਮ ਸਾਖੀਆਂ 'ਚ ਬੜੇ ਵੇਰਵੇ ਪੜ੍ਹਦੇ ਹਾਂ, ਆਪਨੇ ਜ਼ਰੂਰ ਸੁਣੀਆਂ ਪੜ੍ਹੀਆਂ ਹੋਣਗੀਆਂ। ਗੁਰੂ ਮਹਾਰਾਜ ਸੁਲਤਾਨਪੁਰ ਰਹਿੰਦੇ ਸੀ, ਪ੍ਰੋਗਰਾਮ ਬਣਿਆ ਉਦਾਸੀਆਂ 'ਤੇ ਜਾਣ ਦਾ। ਪਹਿਲੀ ਉਦਾਸੀ ਜੋ ਬੜੀ ਲੰਮੀ, ਸਭ ਤੋਂ ਲੰਮੀ ਉਦਾਸੀ ਹੋਈ, ਉਹ ਪ੍ਰੋਗਰਾਮ ਬਣਾ ਰਹੇ ਗੁਰੂ ਨਾਨਕ ਮਹਾਰਾਜ। ਸਮਹਾਓ ਭਾਈ ਮਰਦਾਨਾ ਜੀ ਮਿਲਣ ਵਾਸਤੇ ਆਏ ਸੁਲਤਾਨਪੁਰ, ਗੁਰੂ ਮਹਾਰਾਜ ਨਾਲ ਪਿਆਰ ਬੜਾ ਕਰਦੇ ਸੀ। ਮਹਾਰਾਜ ਨੇ ਪ੍ਰੋਗਰਾਮ ਦੱਸਿਆ, ਕਿਹਾ ਅਸੀਂ ਉਦਾਸੀਆਂ 'ਤੇ ਜਾਣਾ ਆ। ਪਹਿਲਾਂ ਸਾਖੀ ਕਹਿੰਦੀ ਨਾ ਕਰਤੀ ਉਹਨਾਂ ਨੇ, ਮੈਂ ਨਹੀਂ ਜਾਣਾ। ਮੁੜ ਕੇ ਮੰਨ ਗਏ। ਉਹਦੇ ਜਿਹੜੇ ਮੰਨਣ ਦੇ ਰੀਜ਼ਨ ਦੱਸੇ ਜਾਂਦੇ ਨੇ, ਜਾਂ ਉਹਨਾਂ ਦੇ ਨਾ ਜਾਣ ਦੇ ਜਿਹੜੇ ਰੀਜ਼ਨ ਦੱਸੇ ਜਾਂਦੇ ਨੇ, ਉਹਦੀ ਵਿਆਖਿਆ ਕੀਤੀ ਦਾਨਿਸ਼ਮੰਦਾਂ ਨੇ। ਕਹਿੰਦੇ ਜਦੋਂ ਪਹਿਲਾਂ ਨਾ ਕੀਤੀ, ਫਿਰ ਜਦੋਂ ਉਸ ਤੋਂ ਬਾਅਦ ਮੰਨਣ ਦੀ ਗੱਲ ਹੋਈ, ਅਤੇ ਫਿਰ ਵੀ ਥੋੜ੍ਹੀ ਜਿਹੀ ਉਹਨਾਂ ਦੇ ਵਿੱਚ ਨਾ ਜਿਵੇਂ ਯਕੋਂ ਤੱਕੋਂ ਹੁੰਦੀ, ਇਸ ਕਿਸਮ ਦੀ ਹਾਲਤ ਸੀਗੀ। ਜਾਣ ਦਾ ਸਮਾਂ ਨੇੜੇ ਆ ਰਿਹਾ, ਅਤੇ ਗੁਰੂ ਮਹਾਰਾਜ ਨੇ ਦੇਖਿਆ ਕਿ ਉਹ
अजे जिवें बंदे दे मन दे विच इक वखरा जिहा प्रभाव हुंदा इस किस्म दी बात आ। बाबा जी ने कोल बुलाया, क्या मरदाना जी साढ़े प्यार विच साढ़े इश्क विच खीवे होए तुसीं सानूं जाण दी हां कर दित्ती, पर जो तुहाडा हाव भाव आ इह दसदा आ तुसीं किसे फिक्रमंदगी चो, जाण नूं चित नहीं करदा। कहन लगे जाण नूं चित ते बड़ा करदा, गुरु नानक दा साथ मिले कौन छड्डेगा। इत्थे ते चलो किसे ने बुला लिया, किसे नाल गल हो गई, किते तुर गए, उत्थे ते असां दोनों ही होना। तुसी बात पाओगे, मैं सुनांगा, मैं किरती गावांगा, तुसी सुनोगे, क्या इस तो ये समझो कि सब कुछ ही मिल गया। बाबा जी कहिंदे फिर चाह विचो, कहन लगे पूरे चाह चाह जी, पर बाबा जी कहिंदे फिक्रमंद हो, कहन लगे जी फिक्रमंद भी है। हुण इह ते गल होर तरह हो गई ना, भी खुशी भी है ते उदासी फिक्रमंदगी भी है। बाबा जी कहते चलो फिक्र की गल करते हैं, बड़ी लंबी चौड़ी व्याख्या की दानिशमंदा ने। कहिंदे भाई मरदाना जी कहिंदे भी बाबा जी गल यह है, कहिंदे ने कि संगी बराबर दे हुंदे ने, तुसी मैनूं अपना संगी बनाने लगे हो। मैं सोचदा बराबरता तो है ही कुते नहीं, जे पहले पड़ाव विच ही देखिया जाए तो जो साढ़े समाज की बनतर वंड उहदे विच झात मार लईए तो पता यह लगता आ कि मैं एक मोमनी धारा विचों आ रहा वा, तुसी हिंदकी धारा विचों आ रहे हो, मिलाप तो है ही नहीं कितने, किवें किवें संगी बना गए। बाबा जी मुस्कुरा रहे ने तो कहिंदे मैनूं पता आ। भाई मरदाना जी कहिंदे मैनूं पता आ, तुहानूं इस गल का कोई, तुसी इस गल का कोई जिहड़ा है कि केयर नहीं करते, जिवें कह दिंदे असीं परवाह नहीं करते। पर अगली गल सुनो, जिथे जावांगे लोग तो पुछणगे ना ये कौन है, ये कौन है, उसे दसना पेगा मैं शुद्ध रहा, डूम अछूत आ, मेरा परछावा पै जाए चीज़ पिट जाती है, तुसी स्वर्ण हो। इत हुण जात की गल हो रही है, चलो जिस गल नूं ना भी मन्या जाए, एक पासे लामे भी करता जाए, दूसरी एग्जाम दूसरी गल की भाई मरदाना जी ने, तीसरी ते तुसी भी मन जोगे, मैं गुरबत दा मारिया बिदरे मराशी दा पर बच्चा वा, मेरे घर एक टाइम पकती रोटी अगले टाइम पता नहीं पकनी कि नहीं पकनी, तुसी मीरां वर्गा जीवन है तुहाडा, तुसी पटवारी दे बच्चे हो, जमीन जायदादां दे मालक हो, इत्थे मोदी खाने दे च मोदी दे रूप दे च एडे वड्डे कारगुजारी कर रहे हो, तुहाडे रिश्ते नाते संबंध जिधर जावांगे रिश्तेदारां वगैरह दे कोल वह बड़े अमीर शमीर होणगे, बाबा जी सांझ ही कोई नहीं। बाबा जी कहिंदे बस इन्नी गल ही मरदाना जी, कहन लगे चलो तिन्ने ही तुसी मैनूं पता आ, तुसी मैनूं हुणे ही कह देना मरदानिया इन्हां दी मेरी सुरत दी तकड़ी च पा के देखेंगा जीरो बुक्कत नहीं है। पर एक गल तो तुसी भी जवाब नहीं दे सकते, वह कहड़ी है मरदाना जी, तुसी ज्ञान दा रब्बी बख्शिशां दा दग दग करदा होया सूरज हो, मैं कदना जिहा बुझिया होया दीवा आ, सांझ ही कोई नहीं, किवें सांझ बनेगी। जिथे जावांगे किवें कहांगे असीं संगी हाँ, मैं तो संग दे किते नेड़े भी नहीं। तो गुरु नानक महाराज मुस्कुरा के कहन लगे मरदाना जी तुहाडा ते मेरा संग बिल्कुल पक्का संग होएगा। भाई गुरदास जी बचन पढ़ते, एक बाबा अकाल रूप दूजा रबाबी मरदाना, मकबूलीयत देखो कैसी है। गुरु महाराज जिथे जाते जो लोग पुछते ये कौन है जी जो तुहाडे नाल आ जिन्हें साथ चक्या है, तो लोगों की आम राय होंगी सी कि यह ना गुलाम होना गुरु साहब का, गुलाम लोग खरीद के नाल लै लेंगे, चल ये मेरा गुलाम है। चलो गुलाम ना भी होएगा तो नौकर होएगा, तनखाहदार होएगा कोई, तीसरी गल चलो नौकर नहीं तो फिर कोई वैसे कोई खिदमतगार कोई सेवक होएगा, दास होएगा। बाबा जी ने पूछते सी कौन है, बाबा जी तिना चो कोई जिक्र करे गुलाम है नौकर है, नहीं नहीं ये मेरा खिदमतकार है वैसे सेवादार दास है कोई मेरा वैसे चेला बालका है। बाबा जी एवं नहीं कहते, जो कोई पूछता सी कौन है, गुरु बाबा जी कहते मेरा भाई है, इतों लफज बनया भाई भाई मरदाना जी, ये मेरा भरा था आ, ये तो मैं एक ही हाँ, दो ना जाने हो जे इको रूप आ। क्या बाबा जी ने क्या तेरा ते मेरा संघ जो तक दुनिया रहेगी उहदा जिक्र होगा, पर हाँ उहदे लई कोई शर्तां ने, उन्होंने शर्तों का जिक्र वेरव्या दिता जाता, मैं टूक मात्री बयान करदा, कुछ एक शर्त यह भी सी कि वेखी मरदानिया तू गवैया आ,
तू गा सकदा है, तू सजिंदा, तू साज बजा सकदा है, साडे नाल जाएगा साज चुक के साज बजाए करेगा रब्बी कीर्ति दे विच। ते चेते रखी जो तो रब्बी कीर्ति च साज वज गए ना फिर किसी होर की कीर्ति च वजने नहीं चाहिए। जो तो रब्बी स्तुति च कुछ गा दिता फिर मुड़ के किते होर गाउणा नहीं गा। सच ये है इस मरदे मुजाहद ने गुरु महाराज ने ऐसा वादा किया, 54 साल गुरु साहब का साथ माणिया इन्होंने, 54 ईयर रबाब मोढ़े ते चक्की, आखिरी सुहास बाबा जी की झोली च बीतिया इन्हों का जो तो वापसी हो रही थी अरब देश तो। कि दिन पूरा वेरवे नाल जिक्र करांगे, पर यह है गुरु महाराज जदों आवाज़ देंदे मरदानिया रबाब दियां तरबां चो बाणी आई है उदों ही वजाउंदे आ। ता उमर उस रबाब की जीन जिहड़ी चक के उस तार नूं छेड़िया ही नहीं, किसी होर दे बचन हुक्म ख्याल बिल्कुल छड़ दिते। यह है असल विच करतारी स्तुति दे च अपने आप नूं डेडिकेट कर देना, गावना ते उहनूं ही गावना जो गावन दे सही योग है, गावना ते उहदे दर ते गावना जिहदे दर ते गाउण तों बाद किते होर गाउण दी लोड़ ना पए। इस नूं बाबा जी ने सही रूप च ढाडी गया है जिहड़ा बचन आ रहा इत्थे, हौं ढाडी दरगुण गावंदा जे हर प्रभ भाव है, पर पॉसीबिलिटी भी तां आ जे प्रभु नूं पा जाए ते जिहनूं चंगा लग जाए ते। मनुखी मन चाहेगा ते सही, अग्गे सारे गुणां दी गल आएगी इहदे विच, उह गुण आ जाण साडे कोल, पर खास होण दे बावजूद भी गुण नहीं आउंदे। इह करतार बख्शदा आ, इह नवाजदा आ, असीं कह दिंदे आ गुण कमाउंदे आ, असीं समर्था बनाउंदे आ उहदी समर्था दे उत्ते, कह लो कि वाहिगुरू अपनी बख्शिश दी मोहर लाउंदा ते गुण आउंदा। अगला बचन बाबा जी ने कहा दे विच, प्रभ मेरा थिर थावरी होरे आवै जावै। रब दिसता नहीं, मौजूदगी है नहीं है ये डाउटफुल आ, इहदे करके मन इहदे ते टिक नहीं सकदा। मन ना टिकण करके फिर बंदे नूं यह एहसास करना कि रब ते आस रख्या कर, रब तो मंगया कर, रब दे दर दा मंगता बन जा, लगदा हवा दीआं गल्लां ने सारी। गुरु अर्जन साहब कहिंदे प्रभ मेरा थिर थावरी, होर भावें कोई सारी चीज़ हिल जाए प्रभु कायम दायम। आपां धरती दे बड़े छोटे जे बशर हाँ मनुख, जे देखिया जाए हर मनुख अपने आप नूं बड़ी तोप मनदा। मैं इत्थे बैठा तुहाडे सामने यही ख्याल होएगा अंदर कि मेरे तो ज़्यादा समझदार, मेरे तो सियाणा वधिया बंदा ही नहीं कोई। हालांकि देखिया जाए तो करीबन 9-8.5 अरब के करीब लोग ने, हर एक ही सोचता है, हर एक ही, हर एक दे ख्याल च यो चीज़ है वो मैं ही हाँ, और कुछ नहीं है। रियालिटी देखा जाए तो असी अपनी पाया तो की करांगे, जिदे उत्ते बैठे हाँ इहदी अपनी कोई पाया नहीं गी। धरती यूनिवर्स दे लैवल ते एक छोटा जिहा कागज़ ते लगी हुई बिंदी भी वड्डी है, वो डॉट का भी टाइनी स्पैक 1000 गुणा छोटा हिस्सा, कुछ भी नहीं। थिर टका विच होए, स्थिरता विच होए बिल्कुल नहीं। बाबा जी कहिंदे ना जिहड़ी है ये धरती किसी भय विच चल रही, हुक्म विच लगातार घूम रही, स्पिन कर रही। इस घूमती धरती ते असी बैठे हुए मनुख, तुरदे हुए मनुख, असी कहने असी बड़े सॉलिड हाँ, बड़े पक्के हाँ, वो पहले साडा कुछ भी पक्का नहीं गा, कुछ भी टिकाणा नहीं गा। जिहड़ा रहण वाला टिकाण वाला असल विच उहदा वाहिगुरू का नाम है। मन नूं बाबा जी ने कहा उस पासे लैके जा, एहसास कर। ये सारी गल है ज्ञान की, वैसे पर यह ज्ञान वाहगुरु तो मंग के लिया जाता है, मालक तरस कर ये एहसास सुरते च आ जाए। बाबा जी कहिंदे हे वाहगुरु प्रभ मेरा थिर थावरी होर आवै जावै, सो मंगा दान गुसाइया जित भुख लह जावै। ये भी दानश लोक मंदल लोगों ने कहा आ कि बंदे दे पेट की भुख 2 नहीं तो 3 रोटियां दी है, 3 नहीं तो 4 दी, इस तो बाद नहीं है। एक टाइम दे विच 500-700 ग्राम तो बाद अनाज खाना बंदे लिए पॉसीबल नहीं है, पर इहदे बावजूद भी जे बंदे नूं ध्यान नाल असीं देख लईए तो हालत यह है कि बंदा सालां दे सालां दा अनाज, सालां दे सालां दा पदार्थ इकट्ठा करके फिर भुखे दा भुखा है। इन्ना सब कुछ होने के बावजूद भी उहदे कोल एक पल ही भी गल करिए लगता नहीं गा कि
ਉਹਦੇ ਕੋਲ ਕੋਈ ਸੰਤੋਖ ਦਾ ਭਾਵ ਹੋਏ ਬਿਲਕੁਲ। ਸਾਹਿਬ ਕਹਿੰਦੇ ਹੇ ਮਾਲਕ ਮੈਂ ਤੇਰੇ ਦਰ ਤੋਂ ਇਹੋ ਚੀਜ਼ ਮੰਗ ਰਿਹਾ ਵਾਂ ਕਿ ਮੈਨੂੰ ਤਰਸ ਕਰ ਸੋ ਮੰਗਾ ਦਾਨ ਗੁਸਾਈਆਂ ਜਿੱਤ ਭੁੱਖ ਲੈ ਜਾਵੇ ਜਿਹਦੇ ਨਾਲ ਇਹ ਭੁੱਖ ਦੂਰ ਹੋ ਜਾਏ। ਪ੍ਰਭ ਜੀਓ ਦੇਵੋ ਦਰਸ਼ਨ ਆਪਣਾ ਜਿੱਤ ਢਾਡੀ ਤ੍ਰਿਪਤਾਵੈ, ਢਾਡੀ ਤ੍ਰਿਪਤਾਵੈ ਕੰਟੈਂਟਮੈਂਟ ਕਹਿੰਦੇ ਨੂੰ, ਵੈਸੇ ਤ੍ਰਿਪਤੀ ਹੋ ਜਾਣੀ ਜੀਵਨ। ਫਿਰ ਬੇਨਤੀ ਕਰਾਂਗਾ, ਤ੍ਰਿਪਤੀ ਦਾ ਮਾਇਨਾ ਸੰਸਾਰ ਤਿਆਗਣਾ ਨਹੀਂ ਗਾ, ਤ੍ਰਿਪਤੀ ਦਾ ਮਾਇਨਾ ਛੱਡਣਾ ਨਹੀਂ ਗਾ, ਆਸਾ ਮਨਸਾ ਦੇ ਵਿੱਚ ਰਹਿਣਾ, ਪਰ ਰਹਿੰਦਿਆਂ ਹੋਇਆਂ ਕਿਸੇ ਸੰਤੋਖ 'ਚ ਪ੍ਰਣਾ ਜਾਣਾ। ਇਹਦੇ ਲਈ ਦਰਸ਼ਨ, ਦਰਸ਼ਨ ਦੀਦਾਰ ਨੂੰ ਕਿਹਾ ਜਾਂਦਾ, ਕਿਸੇ ਨੂੰ ਵੇਖਣਾ ਲਿਟਰਲੀ ਤੌਰ 'ਤੇ, ਪਰ ਵੇਖਣ ਦਾ ਵੀ ਮਾਇਨਾ ਇਹ ਹੈ ਕਿ ਉਹਦੇ ਕੋਲੋਂ ਸਮਝ ਕੀ ਲਈ ਹੈ। ਆਪਾਂ ਸਰਲ ਭਾਵ ਵਿੱਚ ਬਾਤ ਕਰੀਏ ਇਸ ਨੂੰ। ਮਾਂ ਨੂੰ ਬਾਬਾ ਜੀ ਨੇ ਕਿਹਾ ਮਾਤਾ ਮਤ ਪਿਤਾ ਸੰਤੋਖ। ਘਰ ਦੇ 'ਚ ਮਾਂ ਹੁੰਦੀ ਹੈ, ਮਾਂ ਨਹੀਂ ਹੁੰਦੀ, ਮਾਂ ਮਤ ਹੁੰਦੀ ਹੈ। ਬੱਚਾ ਮਾਂ ਕੋਲੋਂ ਮਤ ਗ੍ਰਹਿਣ ਕਰਦਾ ਹੈ। ਬੱਚਾ ਮਾਂ ਨੂੰ ਸਵੇਰੇ ਵੀ ਵੇਖੇ, ਸ਼ਾਮ ਵੀ ਵੇਖੇ, ਦਿਨੇ ਵੀ ਵੇਖੇ, ਰਾਤ ਵੀ ਵੇਖੇ, ਪਰ ਜਿਹੜੀ ਚੀਜ਼ ਨਾ ਵੇਖੇ ਉਹ ਮਾਂ ਕੋਲੋਂ ਮਤ, ਮਤ ਵਾਲੀ ਗੱਲ ਨਾ ਵੇਖੇ, ਉਹਦਾ ਮਾਂ ਨੂੰ ਵੇਖਣਾ ਕਿਸੇ ਕੰਮ ਨਹੀਂ ਗਾ। ਫਿਰ ਧਿਆਨ ਨਾਲ ਸੁਣਨਾ ਇਸ ਚੀਜ਼ ਨੂੰ। ਜਿਹੜੀ ਦੁਨੀਆ 'ਚ ਅੱਜ ਰਹਿ ਰਹੇ ਹਾਂ, ਮਾਪੇ ਸੋਚਦੇ ਨੇ ਅਸੀਂ ਬੱਚਿਆਂ ਵਾਸਤੇ ਨਾ ਬੜੇ ਕਹਿ ਲਓ ਕਿ ਮਤਲਬ ਵਧੀਆ ਅਕਲ ਦੇਣ ਵਾਲੇ ਸੋਰਸ ਹਾਂ, ਅਸੀਂ ਇਹਨਾਂ ਦੇ ਕ੍ਰੈਡੀਬਲ ਸੋਰਸ ਹਾਂ। ਮੈਂ ਕਹਿੰਦਾ ਤੁਸੀਂ ਹਨੇਰੇ 'ਚ ਰਹਿ ਰਹੇ ਹੋ, ਬੱਚੇ ਮਾਪਿਆਂ ਨੂੰ ਨਹੀਂ ਦੇਖਦੇ। ਆਪਾਂ ਧਿਆਨ ਨਾਲ ਦੇਖ ਕਰਾਂ, ਝਾਤ ਮਾਰੀਏ, ਬੱਚੇ ਕਾਰਟੂਨ ਦੇਖਦੇ ਨੇ, ਟੀ ਵੀ ਦੇਖਦੇ ਨੇ, ਸਕਰੀਨ ਦੇਖਦੇ ਨੇ, ਲਿਟਰਲੀ ਤੌਰ 'ਤੇ ਉਹੀ ਦੇਖਦੇ ਨੇ, ਉਹ ਦਰਸ਼ਨ ਉਹੀ ਕਰਦੇ ਨੇ, ਜੋ ਉਹਦੇ 'ਚ ਹੈ ਉਹ ਅੰਦਰ ਪਰੋਸ ਲੈਂਦੇ ਨੇ। ਘਰ 'ਚ ਆਲੇ ਦੁਆਲੇ ਜੋ ਵੀ ਹੈ ਉਹ ਨਹੀਂ ਅੰਦਰ ਪਰੋਸਦੇ। ਇਹ ਬੜਾ ਕਠਿਨ ਆ। ਅਸੀਂ ਜੋ ਇੱਥੇ ਬੈਠੇ ਹਾਂ ਬਹੁਤਾਇਤ ਰੂਪ ਦੇ 'ਚ, ਸਾਡੇ ਕੋਲ ਵੀ ਸਕਰੀਨਾਂ ਨੇ, ਅਸੀਂ ਵੀ ਸਕਰੀਨ ਤੋਂ ਹੀ ਸਾਰਾ ਕੁਝ ਪਰੋਸ ਰਹੇ ਹਾਂ ਆਪਣੇ ਅੰਦਰ ਅੱਜ ਕੱਲ੍ਹ। ਬੰਦਾ ਜੋ ਵੇਖ ਰਿਹਾ ਸੋਚਦਾ ਮੈਂ ਉਹ ਵੇਖ ਰਿਹਾ, ਅੰਦਰ ਕੁਝ ਹੋਰ ਜਾ ਰਿਹਾ ਉਹਦੇ। ਇਸ ਕਰਕੇ ਗੁਰੂ ਬਾਬਾ ਜੀ ਨੇ ਕਿਹਾ ਸੀਗਾ ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿੱਠ ਹੈ ਮੁਕਤ ਨਾ ਹੋਵੇ। ਇਕੱਲਾ ਡਿੱਠਣਾ ਨਹੀਂ, ਤੱਕਣਾ ਨਹੀਂ, ਉਹ ਆਈਡੀਅਲ ਬਣਿਆ ਕਿ ਨਹੀਂ ਬਣਿਆ, ਅਤੇ ਇਹ ਮੁਸਲਸਲ ਆਪਣੇ ਮਨ ਦੇ ਨਾਲ ਰਾਏ ਹੈ, ਬਾਤ ਹੈ। ਇਸ ਤਰ੍ਹਾਂ ਜਾਣੀਏ, ਹੋਰ ਸਰਲ ਕਰਦੇ ਹਾਂ। ਮੈਨੂੰ ਪਤਾ ਬੜੀ ਗਹਿਰੀ ਬਾਤ ਹੈ ਜਿਹੜੀ ਗੁਰੂ ਬਾਬਾ ਜੀ ਇੱਥੇ ਕਰ ਰਹੇ ਨੇ ਸਾਰੇ ਦੀ ਸਾਰੀ। ਆਪਾਂ ਨਾ ਐਨਰਜੀ ਨਾਲ ਚੱਲਦੇ ਹਾਂ ਸਾਰੇ, ਜਿਹੜੀ ਫੂਡ ਦੀ ਐਨਰਜੀ ਕਨਵਰਟ ਹੁੰਦੀ ਸਾਡੇ ਸਰੀਰ ਦੇ ਵਿੱਚ ਅਤੇ ਉਹ ਸਾਨੂੰ ਚਲਾਉਂਦੀ ਹੈ, ਅਤੇ ਸਾਨੂੰ ਬਹੁਤਿਆਂ ਨੂੰ ਪਤਾ ਕਿ ਕੁਝ ਫੂਡ ਬੜੇ ਚੰਗੇ ਨੇ, ਜਿਵੇਂ ਸਪੋਜ਼ ਕਰੋ ਜਿਵੇਂ ਬਰੋਕਲੀ ਹੈ, ਜਿਵੇਂ ਸੈਲਡ ਹੈ, ਹਰਾ ਸਟੱਫ ਆ, ਇਹ ਚੰਗਾ ਆ, ਕਿੰਨਾ ਖਾ ਸਕਦੇ ਹਾਂ। ਚਲੋ ਮੈਚਿਓਰ ਹਾਂ ਅਸੀਂ ਤਾਂ ਖਾ ਵੀ ਲਵਾਂਗੇ, ਬੱਚੇ ਨੂੰ ਖਵਾ ਕੇ ਦੇਖੋ, ਉਹਦੇ ਸਾਹਮਣੇ ਉਸਨੂੰ ਕਹੋ ਵੀ ਇਹ ਕੈਂਡੀ ਪਈ ਹੈ, ਦੂਜੇ ਪਾਸੇ ਬਰੋਕਲੀ ਪੀ ਖਾ ਕੇ ਦਿਖਾ ਕੇ ਖਾਏਗਾ, ਸਾਨੂੰ ਪਤਾ ਇਹਦੇ 'ਚ ਉਹ ਉਸਨੇ ਵੀ ਸਕੂਲੇ ਉਹਨੂੰ ਸੋਚਿਆ, ਟੀਚਰ ਨੇ ਪੜ੍ਹਾਇਆ, ਉਹਨੂੰ ਪਤਾ ਇਹਦੇ 'ਚ ਜ਼ਿਆਦਾ ਗੁਣ ਨੇ, ਪਰ ਫਿਰ ਕੀ ਹੈ, ਇਹਦਾ ਟੇਸਟ ਨਹੀਂ ਗੁੱਡ, ਇਹਦਾ ਸਵਾਦ ਨਹੀਂ ਚੰਗਾ, ਪਰ ਇਹਦੇ ਜਿਹੜੇ ਹੈਗੇ ਨੇ ਗੁਣ ਚੰਗੇ ਨੇ। ਇਹਦੇ 'ਚ ਗੁਣ ਕੋਈ ਨਹੀਂ ਪਰ ਸਵਾਦ ਆ, ਹਮੇਸ਼ਾ ਸਵਾਦ ਜਿੱਤੇਗਾ, ਗੁਣ ਹਾਰੇਗਾ। ਇਹੀ ਸੰਸਾਰ ਹੈ। ਸਾਨੂੰ ਆਪ ਤੇ ਦੇਵਤਿਆਂ ਵਰਗੇ ਲੋਕ ਗੁਰੂ ਕੇ ਹਜ਼ੂਰ ਬੈਠੇ ਹੋ, ਕਿੱਥੇ ਇਹੋ ਜਿਹੀ ਸੰਗਤ ਚੰਗੀ ਲੱਗਦੀ ਬੰਦੇ? ਬੰਦਾ ਸੰਗਤ ਉਹ ਜਿਹੜੀ ਸਵਾਦਲੀ ਹੈ, ਗੁਣ ਗ੍ਰਹਿਣ ਕਰਨ ਵਾਲੀ ਸੰਗਤ ਇਹ ਨਹੀਂ ਭਾਸਦੀ, ਫਿਰ ਇਹਨੂੰ ਸਵਾਦੀ ਬਣਾਉਣਾ ਪੈਂਦਾ ਆ। ਜਿਵੇਂ ਮੈਂ ਫੂਡ ਦੀ ਗੱਲ ਕੀਤੀ, ਘਰ ਦੀ ਸਵਾਣੀ ਦਾ ਗੁਣ ਹੁੰਦਾ ਆ, ਉਹ ਕਹਿੰਦੀ ਹੈ ਵੀ ਸਵਾਦ ਵੀ ਪਾਵਾਂ ਪਰ ਗੁਣ ਨਾ ਗਵਾਚੇ, ਇਹ ਸਵਾਦ ਵੀ ਹੋਏ ਪਰ ਗੁਣ ਵੀ ਹੋਏ, ਇਹਨੂੰ ਗਾਉਣਾ ਕਿਹਾ ਜਾਂਦਾ ਜੀ। ਮਨੁੱਖੀ ਮਨ ਗਾਇਣ ਦਾ, ਗਾਉਣ ਦਾ ਮਤਾਇਤ ਹੈ, ਗੁਲਾਮ ਹੈ। ਸੰਗੀਤ ਸਾਰਾ ਗੁਰੂ ਗ੍ਰੰਥ ਸਾਹਿਬ ਸੰਗੀਤਬੱਧ ਹੈ, ਆਲਮੋਸਟ ਥੋੜ੍ਹੀ ਜਿਹੀ ਰਚਨਾ ਰਾਗ ਰਹਿਤ। ਰਾਗਾਂ ਦੀ ਵਰਾਇਟੀਜ਼ ਪਾਈਆਂ ਗੁਰੂ ਬਾਬਾ ਜੀ ਨੇ, ਗਵੰਤਰੀ ਉਮਦਾ ਤੋਂ ਉਮਦਾ ਲਿਆ ਕੇ ਬਿਠਾਏ, ਇਸ ਕਰਕੇ ਤਾਂ ਕਿ ਇਹ ਜਿਹੜਾ ਮਨ ਆ ਇਹ ਉਹਦਾ ਗਾਹਕ ਬਣ ਜਾਏ।
इत्थे बचन आ दर्शन, दर्शन सामने होने नाल नहीं हो जाता, दर्शन का परछावा अंदर पे, उहदी परछाई पै जाए, बिंब पै जाए। मां का घर में तुरे फिरना, बाप का घर में तुरे फिरना, दैट्स नॉट एनफ। मां बाप बच्चे की सुरत च बैठने चाहिए। गुरुद्वारे मेरा आना एनफ नहीं है, गुरु का उपदेश मेरे मन में बहना चाहिए। मन मंदिर पनवेस कलंदर, घट ही तीर्थ नहावा, आ बात बने, यह दर्शन है। बचन आया बाबा जी कहते प्रभ जियो देवो दर्शन अपना जित ढाडी तृप्तावै, फिर जाके तृप्ति होए, अरदास सुनी दातार प्रभ ढाडी को महल बुलावै। जिदन फिर वो पुगदा हो जाता, फिर वह कहता भी हुण तू मेरे घर ही आ जा, वो फिर ढाडी बाहर नहीं बैठ दिंदा, वह कहता ना तू तो मेरा रतन है, तू मेरे कोल बैठ। इत क्या अरदास सुनी दातार प्रभ ढाडी को महल बुलावै, प्रभ देखद दुख पुख गई ढाडी को मंगन चित ना आवै। क्या प्रेमा भगती दे गुरु बाबा जी ने तस्वर किए ने। इतने ढाडी गवैया इस करके सीगा, गा इस करके रहा सीगा, कुछ मंगा गा वो कोलो, जदों उहदे जाके दीदार होए, सुध की न सुध रही, बुद्ध की न बुद्ध रही, कुछ भी नहीं रहा, सुध बुद्धि विसर गई। वो कहिंदा मंगा गा, कहिंदा मंगना की है, हुण भुल ही गया भी मंगना भी सी कुछ। बचन आया महाराज बयान कर दे कि प्रभ देखद दुख भुख गई ढाडी को मंगन चेतना आवै, सबे इच्छा पूरियां लग प्रभ कह पावै। जिन्हें पूछया भी कुछ देवा क्या ना, हुण खाहश ही कुछ नहीं। अंतरी लाइन है, हौ निर्गुण ढाडी बख्शियोन प्रभ पुरख वेदावै। मेरा तो कोई दावा नहीं सी, गुरु अर्जन साहब कहिंदे पुरुष तरस करन वाले ने निर्गुण नूं ही बख्श लिया। मैं कहना गुणी निधान नाल प्रणाइया हुई रूहां अपने आप नूं निर्गुण बयान कर दियां ने, साड़ी की हालत बनेगी। बस इतों ही अरदास करनी सीखे बंदा, इतों ही जाच सीखे, यही भगती है, यही बंदगी है। साहिब मेहरामत करन इन आलमी वाकां दी जो सिख्या आ वो साड़ी सुरते च टिके, ये दिली दुआ है। इन्हीं बिनती नाल लिखे मैं चाहूँगा समा समाप्त आ, आवाज़ दे के कहना जी वाहिगुरु जी का खालसा वाहिगुरु जी की फतेह। हे गुरु।